3 ਸਾਲ ਪਹਿਲਾਂ ਜੋ ਹੋਇਆ ਤੇ ਜੋ ਹੁਣ ਅੱਜ ਹੋ ਗਿਆ ਕਿਵੇਂ ਹੈ? ਗਿਲੇ ਸ਼ਿਕਵੇ ਦੂਰ ਹੋ ਗਏ? ਰਵੀਰ ਸਿੰਘ ਬਾਦਲ ਜਾਂ ਹੋਰ ਸੀ, ਉਹਨਾਂ ਵੱਲੋਂ ਇਹ ਕਿਹਾ ਗਿਆ ਵੀ ਜੇ ਸੰਗਰੂਰ ਦੇ ਵਿੱਚ ਅਕਾਲੀ ਦਲ ਖਤਮ ਹੋਇਆ ਤਾਂ ਉਹ ਢੀਂਡਸਾ ਪਰਿਵਾਰ ਕਰਕੇ ਹੋਇਆਗਾ। ਡਿਕਟੇਟਰਸ਼ਿਪ ਨੂੰ ਲੈ ਕੇ ਹੀ ਖਾਸ ਸੀਗਾ ਵੀ ਇੱਕ ਡਿਕਟੇਟਰ ਵਾਂਗ ਪਾਰਟੀ ਨੂੰ ਚਲਾਇਆ ਜਾ ਰਿਹਾ, ਕੀ ਹੁਣ ਵੀ ਉਵੇਂ ਹੀ ਰਹੂ? ਇਹਦਾ ਕੀ ਗਰੰਟੀ? ਅੱਜ ਦੀਆਂ ਜਿਹੜੀਆਂ ਪਾਰਟੀਆਂ ਨੇ, ਚਾਹੇ ਆਮ ਆਦਮੀ, ਚਾਹੇ ਕਾਂਗਰਸ, ਚਾਹੇ ਬੀਜੇਪੀ, ਉਹ ਕੇਂਦਰ ਦੀਆਂ ਪਾਰਟੀਆਂ ਨੇ, ਉਹਨਾਂ ਦਾ ਕੋਈ ਪੰਜਾਬ ਨਾਲ ਕੋਈ ਬਹੁਤ ਜ਼ਿਆਦਾ ਸਰੋਕਾਰ ਨਹੀਂ। ਪੰਜਾਬ ਵਾਲੇ ਪੰਜਾਬ ਦੀ ਗੱਲ ਕਰੀਆਂ, ਹਰਿਆਣੇ ਵਾਲੇ ਹਰਿਆਣੇ ਕਰੀ, ਸੈਂਟਰ ਦੀ ਲੀਡਰਸ਼ਿਪ ਉਹਨਾਂ ਦੀ ਚੁੱਪ ਹੁੰਦੀ ਹੈ। ਢੀਂਡ ਸਾਹਿਬ, ਬੀਜੇਪੀ ਨੂੰ ਤੁਸੀਂ ਨਿੰਦ ਰਹੇ ਹੋ, ਜੇ ਕੱਲ੍ਹ ਨੂੰ ਪਾਰਟੀ ਇਕੱਠੀ ਹੋ ਗਈ, ਜਿਹੜਾ ਤੁਸੀਂ ਫੈਸਲਾ ਲਿਆ ਸੀ, ਇਹ ਦੋਨਾਂ ਹੀ ਫੋਰਮਾਂ ਨੂੰ, ਉਹਨਾਂ ਨੂੰ ਵੀ, ਤੁਹਾਨੂੰ ਵੀ ਕਿਤੇ ਨਾ ਕਿਤੇ ਧੱਕਾ ਲੱਗਿਆ ਹੋਊਗਾ। ਢੀਂਡ ਸਾਹਿਬ ਕਹਿੰਦੇ ਇਹੀ ਹੈ ਵੀ ਜਿਹੜੀ ਸੂਬੇ ਦੀ ਪਾਰਟੀ ਕਮਜ਼ੋਰ ਤਾਂ ਹੀ ਹੋਈ ਨਾ, ਨਿੱਜੀ ਹਿੱਤ ਭਾਰੂ ਪੈ ਗਏ, ਕੈਬਨਿਟ ਮਿਨਿਸਟਰ ਜਾਂ ਕੇਂਦਰੀ ਮੰਤਰੀ ਉਹੀ ਚੀਜ਼ਾਂ ਦੇਖਦੀਆਂ ਸੀਗੀਆਂ। ਉਹ ਗੱਲ ਠੀਕ ਹੈ, ਦੇਖੋ ਗੱਲ ਇਹ ਕਿ ਅਸੀਂ ਵੀ ਕਹਿੰਦੇ ਹਾਂ ਤੇ ਸੁਖਬੀਰ ਜੀ ਵੀ ਹੁਣ ਮੰਨਦੇ ਨੇ ਇਸ ਗੱਲ ਨੂੰ ਵੀ ਗਲਤੀਆਂ ਹੋਈਆਂ। ਜਦੋਂ ਬੀਜੇਪੀ ਨੂੰ ਅਕਾਲੀ ਦਲ ਦੀ ਜ਼ਿਆਦਾ ਲੋੜ ਸੀ, ਮੰਗਾਂ ਤਾਂ ਉਦੋਂ ਨਹੀਂ ਮੰਨੀਆਂ, ਹੁਣ ਤਾਂ ਬੀਜੇਪੀ ਨੂੰ ਉਵੇਂ ਲੋੜ ਵੀ ਨਹੀਂ ਦਿਖ ਰਹੀ ਅਕਾਲੀ ਦਲ ਦੀ, ਕੀ ਤੁਹਾਨੂੰ ਲੱਗਦਾ ਵੀ ਹੁਣ ਵੀ ਪੰਥਕ ਏਜੰਡੇ ਨੂੰ ਲੈ ਕੇ ਜਾਂ ਬੰਦੀ ਸਿੰਘਾਂ ਦੇ ਮਸਲੇ ਨੂੰ ਲੈ ਕੇ ਉਹ ਤੁਹਾਡੀਆਂ ਗੱਲਾਂ ਮੰਨਣਗੇ? ਪੰਜਾਬ 13 ਸੀਟਾਂ ਨੇ, ਬਹੁਤ ਛੋਟਾ ਸੂਬਾ ਜੀ, ਪੰਜਾਬ ਦੇ ਲੋਕਾਂ ਦਾ ਜਿਹੜਾ ਪ੍ਰਭਾਵ ਹੈ ਬਹੁਤ ਵੱਡਾ ਹੈ। ਪ੍ਰਧਾਨਗੀ ਵਾਲਾ ਮਤਭੇਦ ਦੂਰ ਹੋਊਗਾ? ਉਹ ਹੈਗਾ ਮਤਭੇਦ ਹਜੇ? ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦਾ ਇੱਕ ਹੋਰ ਰਾਜਨੀਤਿਕ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਸ਼੍ਰੋਮਣੀ ਅਕਾਲੀ ਦਲ ਦੀ ਪਿਛਲੇ ਦਿਨਾਂ ਦੇ ਵਿੱਚ ਚਰਚਾ ਸੀ ਵੀ ਢੀਂਡਸਾ ਪਰਿਵਾਰ ਦੀ ਘਰ ਵਾਪਸੀ ਹੋ ਸਕਦੀ ਆ। 2 ਮਹੀਨੇ ਪਹਿਲਾਂ ਅਸੀਂ ਵੱਡੇ ਢੀਂਡਸਾ ਸੁਖਦੇਵ ਸਿੰਘ ਢੀਂਡਸਾ ਦਾ ਇੰਟਰਵਿਊ ਕੀਤਾ ਸੀ, ਉਹਨਾਂ ਨੇ ਵੀ ਕੁਛ ਕੁ ਸੰਕੇਤ ਦਿੱਤੇ ਸੀਗੇ। ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਾਫੀ ਤੋਂ ਬਾਅਦ ਇਹ ਕਿਆਸ ਰਾਣਾ ਸੀ ਤੇ ਹੋਰ ਬਹੁਤ ਸਾਰੇ ਲੀਡਰ ਘਰ ਵਾਪਸ ਆ ਸਕਦੇ, ਜਿਨ੍ਹਾਂ ਦੇ ਵਿੱਚ ਪ੍ਰਮੁੱਖ ਨਾਮ ਜੰਗੀਰ ਕੌਰ ਦਾ ਆ ਰਿਹਾ ਗਾ। ਪਰ ਹੁਣ ਅੱਗੇ ਲੋਕ ਸਭਾ ਚੋਣਾਂ ਦੀ ਕੀ ਚੁਣੌਤੀ ਰਹੂਗੀ, 2027 ਨੂੰ ਲੈ ਕੇ ਕੀ ਚੁਣੌਤੀ ਰਹੂਗੀ, ਖਾਸ ਕਰਕੇ ਪਾਰਟੀ ਦੀਆਂ ਜਿਹੜੀਆਂ ਗਤੀਵਿਧੀਆਂ ਆਈਆਂ ਉਹਨਾਂ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਰਹਿਣਗੇ ਪਰਮਿੰਦਰ ਸਿੰਘ ਢੀਂਡਸਾ। ਢੀਂਡਸਾ ਸਾਹਿਬ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਤਨਦੀਪ ਜੀ। ਢੀਂਡਸਾ ਸਾਹਿਬ, ਪਹਿਲਾ ਸਵਾਲ ਤਾਂ ਇਹੀ ਆ ਵੀ 3 ਸਾਲ ਪਹਿਲਾਂ ਜੋ ਹੋਇਆ ਤੇ ਜੋ ਹੁਣ ਅੱਜ ਹੋ ਗਿਆ ਕਿਵੇਂ ਹੈ? ਗਿਲੇ ਸ਼ਿਕਵੇ ਦੂਰ ਹੋ ਗਏ? ਦੇਖੋ ਗੱਲ ਇਹ ਹੈ ਵੀ ਸਾਰੀਆਂ ਗੱਲਾਂ ਕਿਸੇ ਦੇ ਵੀ ਨਹੀਂ ਮੰਨੀਆਂ ਜਾਂਦੀਆਂ ਹੁੰਦੀਆਂ। ਕੁਛ ਇਸ਼ੂਜ਼ ਨੂੰ ਲੈ ਕੇ ਢੀਂਡਸਾ ਸਾਹਿਬ ਅੱਡ ਹੋਏ ਸੀ ਜੀ, ਉਹਨਾਂ 'ਚੋਂ ਕੁਛ ਰਿਜ਼ੋਲਵ ਹੋ ਗਈਆਂ। ਤੁਹਾਨੂੰ ਪਤਾ ਹੋਣਾ ਵੀ ਅੱਜ ਤੋਂ ਤਕਰੀਬਨ 3 ਮਹੀਨੇ ਪਹਿਲਾਂ ਜੀ ਢੀਂਡਸਾ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਗਏ ਸੀ, ਉੱਥੇ ਸਰਸਰੀ ਕਿਸੇ ਪ੍ਰੈਸ ਵਾਲੇ ਨੇ ਪੁੱਛਿਆ ਵੀ ਤੁਸੀਂ ਇਕੱਠੇ ਕਿਉਂ ਨਹੀਂ ਹੁੰਦੇ ਜੀ। ਢੀਂਡ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਮੇਰੇ ਜਦੋਂ ਕਿਸੇ ਗੱਲ 'ਤੇ ਆਉਣ ਨੂੰ ਤਿਆਰ ਨਹੀਂ ਜੀ, ਵੀ ਨਾ ਤਾਂ ਉਹ ਅਸਤੀਫਾ ਦਿੰਦੇ ਆ ਨਾ ਹੀ ਮਾਫ਼ੀ ਮੰਗਦੇ ਆ ਜੀ। ਅਤੇ ਉਸ ਤੋਂ ਬਾਅਦ ਫਿਰ ਕੁਛ ਲੀਡਰਸ਼ਿਪ, ਚੰਦੂ ਮਹਿਰਾ ਸਾਹਿਬ, ਮਲੂਕਾ ਸਾਹਿਬ ਅਤੇ ਵਿਕਰਮ ਮਜੀਠੀਆ ਜੀ, ਜੀ ਸਾਡੇ ਕੁਛ ਐਨ ਆਰ ਆਈ ਸਾਥੀ ਦੋਸਤ ਸੀਗੇ, ਉਹਨਾਂ ਨੇ ਗੱਲ ਕੀਤੀ ਅਤੇ ਫਿਰ ਸੁਖਬੀਰ ਸਿੰਘ ਬਾਦਲ ਜੀ ਨੇ ਅਕਾਲ ਤਖ਼ਤ ਸਾਹਿਬ 'ਤੇ ਉਹ ਮਾਫ਼ੀ ਮੰਗੀ। ਉਸ ਤੋਂ ਬਾਅਦ ਫਿਰ ਗੱਲ ਚੱਲੀ, ਫਿਰ ਢੀਂਡ ਸਾਹਿਬ ਕਹਿੰਦੇ ਮੈਂ ਇਕੱਲਾ ਕੋਈ ਫੈਸਲਾ ਨਹੀਂ ਲੈਣਾ, ਇਹ ਪਹਿਲਾਂ ਪਾਰਟੀ ਦੇ ਵਿੱਚ ਅਸੀਂ ਕੰਸਲਟ ਕਰਾਂਗੇ ਵੀ ਸਾਡੇ ਵਰਕਰਾਂ ਦੀ ਕੀ ਭਾਵਨਾ ਹੈ ਜੀ। ਉਸ ਤੋਂ ਬਾਅਦ ਕਮੇਟੀ ਬਣਾਈ ਜੱਜ ਸਾਹਿਬ ਦੀ ਜੀ, ਜਸਟਿਸ ਨਿਰਮਲ ਸਿੰਘ ਜੀ ਦੀ ਅਗਵਾਈ 'ਚ, ਅਤੇ ਉਹਨੇ ਤਕਰੀਬਨ ਹਫ਼ਤਾ ਕੁ ਪਹਿਲਾਂ ਆਪਦੀ ਰਿਪੋਰਟ ਦਿੱਤੀ ਹੈ ਜੀ, ਅਤੇ ਉਹਦੇ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਉਹਦੇ ਮੁਤਾਬਕ ਫਿਰ ਅਸੀਂ ਜਿਹੜਾ ਇਹ ਫੈਸਲਾ ਕੀਤਾ ਵੀ ਅਸੀਂ ਜਿਹੜਾ ਹੈ ਇਕੱਠੇ ਹੋਈਏ ਤਾਂ ਕਿ ਜਿਹੜੀ ਹੈ ਇੱਕ ਪੰਥਕ ਵਿਚਾਰਧਾਰਾ ਉਹਨੂੰ ਮਜ਼ਬੂਤ ਕੀਤਾ ਜਾਵੇ, ਪਾਰਟੀ ਨੂੰ ਮਜ਼ਬੂਤ ਕਰੀਏ, ਅਤੇ ਫਿਰ ਹੀ ਅਸੀਂ ਕੋਈ ਲੜਾਈ ਲੜ ਸਕਦੇ ਹਾਂ ਪੰਜਾਬ ਵਾਸਤੇ, ਪੰਜਾਬ ਦੇ ਲੋਕਾਂ ਲਈ। ਪਿਛਲੇ ਦਿਨਾਂ ਦੇ ਵਿੱਚ ਜਦੋਂ ਮੇਰੀ ਢੀਂਡਸਾ ਸਾਹਿਬ ਨਾਲ ਗੱਲਬਾਤ ਹੋਈ, ਉਹਨਾਂ ਨੇ ਕਿਹਾ ਵੀ ਡਿਕਟੇਟਰਸ਼ਿਪ ਨੂੰ ਲੈ ਕੇ ਹੀ ਖਾਸ ਸੀਗਾ ਵੀ ਇੱਕ ਡਿਕਟੇਟਰ ਵਾਂਗ ਪਾਰਟੀ ਨੂੰ ਚਲਾਇਆ ਜਾ ਰਿਹਾ,
ਕੀ ਹੁਣ ਵੀ ਉਵੇਂ ਹੀ ਰਹੂ, ਇਹਦਾ ਕੀ ਗਰੰਟੀ? ਨਹੀਂ ਦੇਖੋ, ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਵੀ ਅਸੀਂ ਸਾਰੇ ਲੀਡਰਸ਼ਿਪ ਦੀ ਰਾਏ ਲੈ ਕੇ, ਉਹਨਾਂ ਨੇ ਸਾਨੂੰ ਇਹ ਵੀ ਗੱਲ ਕਹੀ ਵੀ ਹੁਣ ਜੋ ਵੀ ਪਾਰਟੀ ਦੇ ਵਿੱਚ ਅਸੀਂ ਫੈਸਲੇ ਲੈ ਰਹੇ ਹਾਂ, ਜਿਹੜੇ ਸਾਰੇ ਸੀਨੀਅਰ ਲੀਡਰਸ਼ਿਪ ਉਹਨਾਂ ਨੂੰ ਕੰਸਲਟ ਕਰਨ ਤੋਂ ਬਾਅਦ ਜਿਹੜਾ ਪਾਰਟੀ ਫੈਸਲੇ ਲੈ ਰਹੀ ਹੈ, ਅੱਗੇ ਤੋਂ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਯੂਨੈਨਿਮਿਟੀ ਲੈ ਕੇ। ਦੇਖੋ, ਪ੍ਰਧਾਨ ਦਾ ਆਪਦੇ ਅਧਿਕਾਰ ਤਾਂ ਹੁੰਦੇ ਹੀ ਹੁੰਦੇ ਨੇ ਜੀ, ਪਰ ਸਾਰੀ ਲੀਡਰਸ਼ਿਪ ਨੂੰ ਕੰਸਲਟ ਕਰਨਾ ਜੀ, ਉਹਨਾਂ ਦੀ ਰਾਏ ਲੈਣੀ, ਫਿਰ ਜੇ ਇੱਕ ਰਾਏ ਬਣ ਜਾਏ ਤਾਂ ਵਧੀਆ ਗੱਲ ਹੈ, ਨਹੀਂ ਜਿਹੜਾ ਹੈ ਸਾਰਿਆਂ ਦੀ ਲਾਈਨ ਲੈਣ ਤੋਂ ਬਾਅਦ ਪ੍ਰਧਾਨ ਆਪਦਾ ਜਿਹੜਾ ਹੈ ਪਾਰਟੀ ਦੇ ਹਿੱਤਾਂ ਲਈ ਫੈਸਲਾ ਹੋਵੇ, ਇਹ ਇਸ ਤਰੀਕੇ ਦੇ ਨਾਲ ਜਿਹੜਾ ਚੱਲਿਆ ਜਾਵੇ। ਉਹਨਾਂ ਨੇ ਇਹ ਵੀ ਸਾਨੂੰ ਭਰੋਸਾ ਦਵਾਇਆ ਵੀ ਚੋਣਾਂ ਤੋਂ ਬਾਅਦ ਅਸੀਂ ਜਿਹੜਾ ਹੈ ਥੱਲੋਂ ਦੁਬਾਰੇ ਨਵੇਂ ਸਿਰਿਓਂ ਪਾਰਟੀ ਦਾ ਸਟਰਕਚਰ ਅਸੀਂ ਤਿਆਰ ਕਰਾਂਗੇ, ਥੱਲੋਂ ਜਿਹੜਾ ਭਰਤੀ ਕਰਕੇ ਸਰਕਲਾਂ ਦੀ ਚੋਣ, ਜ਼ਿਲ੍ਹਿਆਂ ਦੀ ਚੋਣ, ਫਿਰ ਪੰਜਾਬ ਦੀ ਜਿਹੜੀ ਹੈ ਟੋਟਲ ਜਿਹੜਾ ਹੈ ਪਾਰਟੀ ਨੂੰ ਜਿਹੜਾ ਸੰਗਠਿਤ ਕੀਤਾ ਜਾਊਗਾ। ਖਾਸ ਕਰਕੇ ਸੰਗਰੂਰ ਲੋਕ ਸਭਾ ਲਈ ਕੋਈ ਵਾਅਦਾ ਵੀ ਹੋਇਆ, ਕੋਈ ਪ੍ਰੋਮਿਸ ਵੀ ਤੁਹਾਡੇ? ਦੇਖੋ, ਮੈਂ ਦੇਖੋ ਗੱਲ ਇਹ ਵੀ ਇਹ ਬਹੁਤ ਲੋਕਾਂ 'ਚ ਕਿਆਸ ਰਹੀਆਂ, ਗੱਲਾਂ ਚੱਲ ਰਹੀਆਂ ਵੀ ਜਦ ਇਹ ਟਿਕਟ ਦੀ ਗੱਲ ਉਹਨਾਂ ਨੇ ਕੀਤੀ ਹੈ। ਮੈਂ ਪਰਮਾਤਮਾ ਨੂੰ ਹਾਜ਼ਰ ਨਾਲ ਜਾ ਕੇ ਕਹਿ ਸਕਦਾ ਕਿ ਅਸੀਂ ਉਹਨਾਂ ਦੇ ਕੋਲ ਇਹ ਕੋਈ ਗੱਲ ਹੀ ਨਹੀਂ ਕੀਤੀ ਜੀ, ਨਾ ਹੀ ਇਹ ਸਾਡੀ ਚਰਚਾ ਹੋਈ ਹੈ। ਜਿੰਨੀ ਵੀ ਜਿੰਨੀਆਂ ਵੀ ਦੋ ਇੱਕ ਦੋ ਮੀਟਿੰਗਾਂ ਵਿੱਚ ਮੈਂ ਹਾਜ਼ਰ ਸੀ, ਅਤੇ ਅਸੀਂ ਕੋਈ ਅਸੀਂ ਸਿਰਫ ਇੱਕ ਗੱਲ ਕਹੀਏ ਵੀ ਜਿਹੜੇ ਸਾਡੇ ਪਾਰਟੀ ਦੇ ਆਗੂ ਨੇ ਉਹਨਾਂ ਸਾਰਿਆਂ ਨੂੰ ਬਣਦਾ ਮਾਣ ਸਤਿਕਾਰ, ਐਡਜਸਟਮੈਂਟ ਸਾਰਿਆਂ ਦੀ ਹੋਣੀ ਚਾਹੀਦੀ ਹੈ ਪਾਰਟੀ ਦੇ ਵਿੱਚ, ਅਤੇ ਪਾਰਟੀ ਜਿਹੜੀ ਹੈ ਇੱਕ ਜੋ ਇੱਕ ਵਿਚਾਰਧਾਰਾ ਹੈ ਪਾਰਟੀ ਦੀ ਪੰਥਕ, ਉਹਦੇ 'ਤੇ ਅਸੀਂ ਪਹਿਰਾ ਦੇਈਏ। ਇਹ ਇਹ ਚੀਜ਼ਾਂ ਜਿਹੜੇ ਸਾਡੇ ਸਾਰੇ ਲੀਡਰਸ ਦੀ ਵੀ ਭਾਵਨਾ ਸੀ, ਢੀਂਡਸਾ ਸਾਹਿਬ ਦੀ ਭਾਵਨਾ ਸੀ, ਉਸ ਉਹਦੇ ਮੁਤਾਬਕ ਹੀ ਅਸੀਂ ਜਿਹੜੇ ਸ਼ਾਮਿਲ ਹੋਏ ਹਾਂ। ਤੁਹਾਨੂੰ ਲੱਗਦਾ ਵੀ ਜਿਹੜਾ ਤੁਸੀਂ ਫੈਸਲਾ ਲਿਆ ਸੀ ਇਹ ਦੋਨਾਂ ਹੀ ਫੋਰਮਾਂ ਨੂੰ, ਉਹਨਾਂ ਨੂੰ ਵੀ ਤੁਹਾਨੂੰ ਵੀ ਕਿਤੇ ਨਾ ਕਿਤੇ ਧੱਕਾ ਲੱਗਿਆ ਹੋਊਗਾ, ਜਾਂ ਲੋਕਾਂ ਦੇ ਵਿੱਚ ਇੱਕ ਨੈਗੇਟਿਵਿਟੀ ਫੈਲੀ ਹੁਣ ਦੁਬਾਰਾ ਫਿਰ ਜਦੋਂ ਤੁਹਾਡੀ ਵਾਪਸੀ ਹੁੰਦੀ ਹੈ ਕਿ ਨਹੀਂ ਤੁਹਾਨੂੰ ਤੁਸੀਂ ਐਂ ਸੋਚਣ? ਦੇਖੋ ਗੱਲ ਹੈ ਵੀ ਜਿਹੜਾ ਤਕਰੀਬਨ ਤੁਹਾਨੂੰ ਮੈਂ ਦੱਸਦਾ ਵੀ 80 ਤੋਂ 90% ਸਾਡੇ ਜਿਹੜੇ ਵਰਕਰ ਸੀ ਜੀ, ਉਹਨਾਂ ਦੀ ਰਾਏ ਸੀ ਵੀ ਜਿਹੜਾ ਇਕੱਠੇ ਹੋਣਾ ਚਾਹੀਦਾ। ਹਾਂ, ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਵੀ ਆਹ ਗੱਲਾਂ ਉਹਨਾਂ ਨੂੰ ਕਹਿ ਕੇ ਇਹਨਾਂ ਨੂੰ ਮਨਵਾਈਆਂ ਜਾਣ, ਅਤੇ ਉਹਨਾਂ 'ਚੋਂ ਤਕਰੀਬਨ ਉਹਨਾਂ ਨੇ ਤਕਰੀਬਨ ਮੈਜੋਰਿਟੀ ਜਿਹੜੀਆਂ ਗੱਲਾਂ ਉਹ ਮੰਨ ਲਈਆਂ। ਅਤੇ ਹੁਣ ਜਿਹੜਾ ਹੈ ਨਾਰਾਜ਼ਗੀ, ਦੇਖੋ ਹਰ ਬੰਦਾ ਆਪਦੀ ਸੋਚ ਅਨੁਸਾਰ ਕੁਛ ਨਾਰਾਜ਼ ਵੀ ਹੋਣਗੇ, ਕੁਛ ਵੀ ਆਮ ਜਨਤਾ ਦਾ ਤਾਂ ਜਿਹੜਾ ਹਰ ਬੰਦੇ ਦੀ ਆਪਦੀ ਸੋਚ ਹੁੰਦੀ ਹੈ। ਜਿਹੜੇ ਕੋਈ ਅਕਾਲੀ ਦਲ ਨਾਲ ਪਿਆਰ ਕਰਨ ਵਾਲੇ ਚੰਗੀ ਉਹੋ ਜਿਹੀ ਸੋਚ ਰੱਖਦੇ ਨੇ ਉਹ ਖੁਸ਼ ਵੀ ਨੇ, ਜਿਹੜੇ ਹੁਣ ਕੋਈ ਨੈਗੇਟਿਵਿਟੀ ਰੱਖਦੇ ਨੇ ਜਾਂ ਜਿਹਨਾਂ ਨੂੰ ਕੋਈ ਪੁਰਾਣੀਆਂ ਪਾਰਟੀਆਂ ਫੈਸਲਿਆਂ 'ਤੇ ਅੱਜ ਵੀ ਰੋਸ ਹੈ, ਉਹ ਹੋ ਸਕਦਾ ਇਸ ਗੱਲ ਨੂੰ ਚੰਗਾ ਮਾੜਾ ਵੀ ਕਹਿਣ। ਸੋ ਹਰ ਬੰਦੇ ਦਾ ਆਪਦੀ ਰਾਏ ਰੱਖਣ ਦਾ ਹੱਕ ਹੈ, ਉਹ 'ਚ ਅਸੀਂ ਨਹੀਂ ਕੁਛ ਕਹਿ ਸਕਦੇ। ਪਰ ਜੋ ਵੀ ਪੰਜਾਬ ਦੇ ਅਤੇ ਪੰਥ ਦੇ ਜੋ ਭਲੇ ਨੂੰ ਮੁੱਖ ਰੱਖ ਕੇ, ਕਿਉਂਕਿ ਦੇਖੋ ਅਲਟੀਮੇਟਲੀ ਅਸੀਂ ਜਿਵੇਂ ਮਰਜ਼ੀ ਕਰ ਲਈਏ ਵੀ ਪੰਜਾਬ ਨੂੰ ਇੱਕ ਮਜ਼ਬੂਤ ਖੇਤਰੀ ਪਾਰਟੀ ਚਾਹੀਦੀ ਚਾਹੀਦੀ ਹੈ। ਅੱਜ ਦੀਆਂ ਜਿਹੜੀਆਂ ਪਾਰਟੀਆਂ ਨੇ, ਚਾਹੇ ਆਮ ਆਦਮੀ, ਚਾਹੇ ਕਾਂਗਰਸ, ਚਾਹੇ BJP, ਉਹ ਕੇਂਦਰ ਦੀਆਂ ਪਾਰਟੀਆਂ ਨੇ, ਉਹਨਾਂ ਦਾ ਕੋਈ ਪੰਜਾਬ ਨਾਲ ਕੋਈ ਬਹੁਤ ਜ਼ਿਆਦਾ ਸਰੋਕਾਰ ਨਹੀਂ। ਪੰਜਾਬ ਨੂੰ ਆਪਦੀ ਸਿਆਸਤ ਵਾਸਤੇ, ਸਿਆਸਤ ਨੂੰ ਵਧਾਉਣ ਲਈ, ਚਮਕਾਉਣ ਲਈ ਤਾਂ ਵਰਤ ਸਕਦੇ ਨੇ ਉਹ, ਵੀ ਦੇਖੋ ਅਸੀਂ ਪੰਜਾਬ 'ਤੇ ਰਾਜ ਕਰ ਰਹੇ ਹਾਂ, ਫਲਾਣਾ ਕਰ ਰਹੇ ਹਾਂ, ਪਰ ਉਹਨਾਂ ਦੇ ਹਿੱਤ ਕੋਈ ਪੰਜਾਬ ਨਾਲ ਨਹੀਂ ਜੁੜੇ। ਉਹ ਤੁਸੀਂ ਜਦ ਦੇਖੋਗੇ ਕੁਝ ਐਸਾ, ਜਦ ਸੂਬਿਆਂ ਦੇ ਆਪਸ ਮਸਲੇ ਆਉਂਦੇ ਨੇ ਤਾਂ ਉਹ ਕੋਈ ਉਹਨਾਂ ਦਾ ਸਪਸ਼ਟ ਸਟੈਂਡ ਨਹੀਂ ਹੁੰਦਾ, ਉਹ ਗੋਲ ਮੋਲ ਜੀ ਗੱਲ ਕਰਦੇ ਨੇ। ਦੋਨੇ ਸਟੇਟਾਂ ਦੇ ਅੱਡ ਅੱਡ ਉਹਨਾਂ ਦੇ ਜਿਹੜੇ ਔਰਗਨਾਈਜੇਸ਼ਨ ਨੇ ਆਪਦੀਆਂ ਗੱਲਾਂ ਕਰੀ ਜਾਂਦੇ ਨੇ ਉਹ, ਅਤੇ ਸਿੱਟਾ ਤਾਂ ਕੁਛ ਵੀ ਨਹੀਂ ਹੁੰਦਾ ਉਹਨਾਂ ਨੂੰ, ਇਹੀ ਹੁੰਦਾ ਵੀ ਚਲੋ ਆਪਦਾ ਜਿਹੜਾ ਆਪਾਂ ਰੋਟੀਆਂ ਸੇਕੋ, ਤੂੰ ਪੰਜਾਬ ਵਾਲੇ ਪੰਜਾਬ ਦੀ ਗੱਲ ਕਰੀ ਜਾਣ, ਹਰਿਆਣੇ ਹਰਿਆਣੇ ਕਰੇ, ਸੈਂਟਰ ਦੀ ਲੀਡਰਸ਼ਿਪ ਉਹਨਾਂ ਦੀ ਚੁੱਪ ਹੁੰਦੀ ਹੈ ਵੀ ਜੀ ਸਾਡਾ ਕੋਈ ਸਰੋਕਾਰ ਨਹੀਂ, ਉਹਨਾਂ ਦਾ ਕੋਈ ਇੰਟਰਸਟ ਨਹੀਂ ਹੁੰਦਾ ਸੂਬੇ ਨਾਲ। ਢੀਂਡਸਾ ਸਾਹਿਬ BJP ਨੂੰ ਤੁਸੀਂ ਨਿੰਦ ਰਹੇ ਹੋ, ਜੇ ਕੱਲ੍ਹ ਨੂੰ
ਪਾਰਟੀ ਇਕੱਠੀ ਹੋ ਗਈ। ਮੈਂ ਬੀਜੇਪੀ ਨੂੰ ਨਹੀਂ ਨਿੰਦ ਰਿਹਾ, ਮੈਂ ਸਾਰੀਆਂ ਕੇਂਦਰੀ ਪਾਰਟੀਆਂ ਨੂੰ ਨਿੰਦ ਰਿਹਾ। ਦੇਖੋ ਗੱਲ ਇਹ ਵੀ ਉਹਨਾਂ ਦੀਆਂ ਆਪਦੀਆਂ ਕੇਂਦਰੀ ਪਾਰਟੀਆਂ ਦੀਆਂ ਆਪਦੀਆਂ ਮਜਬੂਰੀਆਂ ਹੁੰਦੀਆਂ, ਉਹ ਕਿਸੇ ਇੱਕ ਸੂਬੇ ਪਿੱਛੇ ਸਟੈਂਡ ਲੈ ਹੀ ਨਹੀਂ ਸਕਦੇ ਉਹ। ਇਸ ਗੱਲ ਨੂੰ ਲੈ ਕੇ ਡਿਸਕਸ਼ਨ ਹੋਈ ਹੈ ਵੀ ਤੁਸੀਂ ਫਿਊਚਰ 'ਚ ਬੀਜੇਪੀ ਨਾਲ ਜਾਣਾ ਜਾਂ ਨਹੀਂ ਜਾਣਾ? ਕਿ ਕੋਈ ਇਸ ਕੋਈ ਡਿਸਕਸ਼ਨ ਨਹੀਂ ਹੋਈ, ਉਹ ਪਾਰਟੀ ਜਿਵੇਂ ਫੈਸਲਾ ਕਰੂਗੀ ਉਵੇਂ ਹੈ। ਪਰ ਮੇਰਾ ਜਿਹੜਾ ਮੰਨਣਾ ਇੰਨਾ ਕੁ ਜ਼ਰੂਰ ਹੈ ਵੀ ਜੇ ਬੀਜੇਪੀ ਕੋਈ ਚੰਗਾ ਕਰਦੀ ਹੈ ਪੰਜਾਬ ਦਾ, ਕੋਈ ਭਲਾ ਕਰਦੇ ਨੇ, ਸਾਡੀਆਂ ਕਿਸਾਨਾਂ ਦੀਆਂ ਮੰਗਾਂ, ਚਾਹੇ ਸਾਡੇ ਪੰਥਕ ਮਸਲੇ ਨੇ, ਬੰਦੀ ਸਿੰਘਾਂ ਦੀ ਰਿਹਾਈ ਆ, ਹੋਰ ਅਸੀਂ ਵੀ ਇਹਨਾਂ ਨੂੰ ਟੇਕਅਪ ਕੀਤਾ। ਪਰ ਸ਼ਾਇਦ ਅਸੀਂ ਇਹ ਮਹਿਸੂਸ ਕਰਦੇ ਸ਼ਾਇਦ ਅਸੀਂ ਉਹਨੇ ਮਜ਼ਬੂਤ ਨਹੀਂ ਸੀ ਵੀ ਅਸੀਂ ਉਹਨਾਂ ਪ੍ਰੈਸ਼ਰ ਬਣਾ ਸਕੇ ਹੋਈਏ, ਪਰ ਆਮ ਇਕੱਠੇ ਰਲ ਕੇ ਜੇ ਅਸੀਂ ਕਰ ਸਕਦੇ ਸ਼ਾਇਦ ਜ਼ਿਆਦਾ ਬਣ ਕੇ ਪ੍ਰੈਸ਼ਰ। ਪਰ ਆਮ ਗਰਾਊਂਡ ਦੇ ਉੱਤੇ ਤਾਂ ਗੱਲ ਹੀ ਇਹ ਹੈ ਵੀ ਜਦੋਂ ਰਲੇਵਾਂ ਹੋਇਆ ਹੈਗਾ 96-97 ਦੇ ਵਿੱਚ, ਉਦੋਂ ਬਾਅਦ ਹੀ ਜਿਹੜਾ ਡਾਊਨਫਾਲ ਅਕਾਲੀ ਦਲ ਦਾ ਸ਼ੁਰੂ ਹੋਇਆ। ਹਾਲਾਂਕਿ ਸਰਕਾਰ ਬਣ ਗਈ 3 ਵਾਰੀ, ਪਰ ਜਿਹੜਾ ਪੰਥਕ ਵਿਚਾਰਧਾਰਾ ਸੀ ਜਾਂ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਪਾਰਟੀ ਸਟੈਬਲਿਸ਼ 1920 ਦੇ ਵਿੱਚ ਹੋਈ ਜਾਂ ਚੀਜ਼ਾਂ, ਉਹਨਾਂ ਨੂੰ ਪਾਸੇ ਕਰਤਾ, ਪੰਜਾਬੀ ਪਾਰਟੀ ਦਾ ਰੂਪ ਲੈ ਲਿਆ। ਹੁਣ ਫਿਰ ਤੁਸੀਂ ਉਹੀ ਲੀਹ ਦੇ ਉੱਤੇ ਜੇ ਤੁਸੀਂ ਹੁਣ ਹਜੇ ਵੀ ਕਹਿ ਰਹੇ ਹੋ ਵੀ ਜੇ ਉਹਨਾਂ ਨਾਲ ਕੁਛ ਉਹ ਬੈਟਰ ਕਰਦੇ ਤਾਂ ਨਹੀਂ? ਮੇਰੇ ਦੇਖੋ ਗੱਲ ਇਹ ਹੈ ਵੀ ਪਾਰਟੀਆਂ ਦਾ ਕੀ ਏਜੰਡਾ ਹੁੰਦਾ? ਸਾਡਾ ਏਜੰਡਾ ਸਾਡਾ ਸੂਬਾ ਜੀ। ਜੇ ਉਹ ਕਿਸਾਨਾਂ ਦੀ ਮੰਗਾਂ ਮੰਨਦੇ ਹੈ ਜੀ ਕਿ ਪੰਜਾਬ 'ਚ ਇਹਦਾ ਕੋਈ ਨੁਕਸਾਨ ਹੈ, ਜੇ ਸਾਡੇ ਕੋਈ ਬੰਦੀ ਸਿੰਘਾਂ ਦੀ ਰਿਹਾਈ ਦੀ ਉਹ ਗੱਲ ਕਰਦੇ ਨੇ, ਸਾਡੇ ਕੋਈ ਮੰਨਦੇ ਨੇ, ਇਹ ਕੋਈ ਮਾੜੀ ਗੱਲ ਹੈ? ਜੇ ਅਸੀਂ ਕੁਛ ਕਰਾ ਸਕਦੇ ਹਾਂ ਸੂਬੇ, ਅਸੀਂ ਜੇ ਲਕੀਰ ਖਿੱਚ ਕੇ ਤਾਂ ਕੁਛ ਵੀ ਨਹੀਂ ਹੱਲ ਹੋਣਾ। ਆਖਿਰ ਕੁਛ ਨਾ ਕੁਛ ਤਾਂ ਸਾਨੂੰ ਬੈਠ ਕੇ ਚਰਚਾ 'ਚੋਂ ਹੀ ਕੁਛ ਨਾ ਕੁਛ ਨਿਕਲੂ, ਅਤੇ ਸੂਬੇ ਦੇ ਭਲੇ ਵਾਸਤੇ, ਸਾਡੀ ਕੌਮ ਦੇ ਭਲੇ ਵਾਸਤੇ ਜੇ ਸਾਨੂੰ ਕੋਈ ਉਹ 'ਚੋਂ ਫਾਇਦਾ ਨਿਕਲਦਾ, ਉਹ ਕੋਈ ਮਾੜੀ ਗੱਲ ਨਹੀਂ। ਹਾਂ, ਇਹ ਤਾਂ ਜੇ ਅਸੀਂ ਜੇ ਇਕੱਠੇ ਰਲ ਕੇ ਦਬਾਅ ਬਣੂਗਾ ਉਹਨਾਂ 'ਤੇ ਤਾਂ ਹੀ ਉਹ ਦੇਣਗੇ, ਨਹੀਂ ਕੋਈ ਤੁਹਾਨੂੰ ਪਤਾ ਹੈਗਾ ਕੋਈ ਆਪਦਾ ਸਕਾ ਵੀ ਕੋਈ ਕਿਸੇ ਦਾ ਕੋਈ ਨਹੀਂ ਹੁੰਦਾ ਸਿਆਸਤ ਦੇ ਵਿੱਚ। ਜੇ ਇਕੱਠੇ ਹੋ ਕੇ ਕੋਈ ਦਬਾਅ ਬਣੂ ਤਾਂ ਹੀ ਪੰਜਾਬ ਦਾ ਕੋਈ ਮਸਲਾ ਹੱਲ ਹੋ। ਅੱਜ ਸਾਡੇ ਕਿਸਾਨ ਵੀ ਜਿਹੜੀ ਆ ਜਦੋਂ ਜਹਿਦ ਕਰ ਰਹੇ ਨੇ, ਪਰ ਉਹਦਾ ਵੱਡਾ ਕਾਰਨ ਵੀ ਜਿਹੜੀ ਸਾਡੀ ਸੂਬਾਈ ਪਾਰਟੀ ਸੀ ਉਹ ਕਮਜ਼ੋਰ ਹੋ ਗਈ, ਅਤੇ ਉਹਦੇ ਨਾਲ ਹੁਣ ਜਿਹੜੀ ਇਹ ਗੱਲ ਜੋ ਪ੍ਰੈਸ਼ਰ ਬਣ ਸਕਦਾ ਸੀ ਉਹ ਨਹੀਂ ਬਣ ਰਿਹਾ ਉਹਨਾਂ ਦੇ। ਪਾਰਟੀ ਸਾਹਿਬ ਕਹਿੰਦੇ ਇਹੀ ਹੈ ਵੀ ਜਿਹੜੀ ਸੂਬੇ ਦੀ ਪਾਰਟੀ ਕਮਜ਼ੋਰ ਤਾਂ ਹੀ ਹੋਈ ਨਾ, ਨਿੱਜੀ ਹਿੱਤ ਭਾਰੂ ਪੈ ਗਏ, ਕੈਬਨਿਟ ਮਿਨਿਸਟਰ ਜਾਂ ਕੇਂਦਰੀ ਮੰਤਰੀ ਉਹੀ ਚੀਜ਼ਾਂ ਦੇਖਦੀਆਂ ਸੀਗੀਆਂ। ਉਹ ਗੱਲ ਠੀਕ ਹੈ, ਦੇਖੋ ਗੱਲ ਇਹ ਕਿ ਅਸੀਂ ਵੀ ਕਹਿੰਦੇ ਹਾਂ ਅਤੇ ਸੁਖਬੀਰ ਜੀ ਵੀ ਹੁਣ ਮੰਨਦੇ ਨੇ ਇਸ ਗੱਲ ਨੂੰ ਵੀ ਗਲਤੀਆਂ ਹੋਈਆਂ, ਇਹ ਤਾਂ ਗੱਲ ਨਹੀਂ ਨਾ। ਜੇ ਉਹਨਾਂ ਨੇ ਮਾਫ਼ੀ ਮੰਗੀ ਜੀ, ਅਸੀਂ ਕਿਹਾ ਸੀ ਵੀ ਮਾਫ਼ੀ ਮੰਗੋ, ਮਾਫ਼ੀ ਤਾਂ ਹੀ ਉਹਨਾਂ ਨੇ ਮੰਗੀ ਵੀ ਜੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਵੀ ਗਲਤੀਆਂ ਹੋਈਆਂ ਸਾਡੇ ਤੋਂ ਜੀ, ਅਤੇ ਉਹਨਾਂ ਚੀਜ਼ਾਂ ਨੂੰ ਭਵਿੱਖ ਵਿੱਚ ਜਿਹੜਾ ਨਾ ਦੁਹਰਾਇਆ ਜਾਵੇ, ਕਿਉਂਕਿ ਬੰਦਾ ਗਲਤੀਆਂ ਤੋਂ ਸਿੱਖਦਾ ਹੈਗਾ ਅਤੇ ਸਾਨੂੰ ਸਿੱਖਣਾ ਵੀ ਚਾਹੀਦਾ ਹੈਗਾ। ਠੀਕ ਹੈ, ਅਸੀਂ ਨਹੀਂ ਕਹਿੰਦੇ ਵੀ ਕਮੀਆਂ ਨਹੀਂ, ਗਲਤੀਆਂ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਜਿਹਨਾਂ ਨੁਕਸਾਨ ਕੀਤਾ, ਅਤੇ ਅੱਗੇ ਤੋਂ ਇਸ ਚੀਜ਼ ਨੂੰ ਜਿਹੜਾ ਹੈ ਅਸੀਂ ਜਿਹੜਾ ਮੁੱਖ ਰੱਖ ਕੇ ਚੱਲਾਂਗੇ। ਜਦੋਂ ਬੀਜੇਪੀ ਨੂੰ ਅਕਾਲੀ ਦਲ ਦੀ ਜ਼ਿਆਦਾ ਲੋੜ ਸੀ, ਮੰਗਾਂ ਤਾਂ ਉਦੋਂ ਨਹੀਂ ਮੰਨੀਆਂ, ਹੁਣ ਤਾਂ ਬੀਜੇਪੀ ਨੂੰ ਉਵੇਂ ਲੋੜ ਵੀ ਨਹੀਂ ਦਿਖ ਰਹੀ ਅਕਾਲੀ ਦਲ ਦੀ, ਕੀ ਤੁਹਾਨੂੰ ਲੱਗਦਾ ਵੀ ਹੁਣ ਵੀ ਪੰਥਕ ਏਜੰਡੇ ਨੂੰ ਲੈ ਕੇ ਜਾਂ ਬੰਦੀ ਸਿੰਘਾਂ ਦੇ ਮਸਲੇ ਨੂੰ ਲੈ ਕੇ ਉਹ ਤੁਹਾਡੀਆਂ ਗੱਲਾਂ ਮੰਨਣਗੇ? ਉਹ ਦੇਖੋ ਕਿਉਂ ਨਹੀਂ, ਦੇਖੋ ਗੱਲ ਇਹ ਹੈ ਵੀ ਬੀਜੇਪੀ ਲਈ ਕਈ ਪੰਜਾਬ ਦੀ ਤੁਸੀਂ ਇੱਕ ਆਪਾਂ ਕਈ ਵਾਰ ਸੋਚਦੇ ਹਾਂ ਪੰਜਾਬ 13 ਸੀਟਾਂ ਨੇ, ਬਹੁਤ ਛੋਟਾ ਸੂਬਾ ਜੀ, ਪਰ ਪੰਜਾਬ ਦੀ ਜਿਹੜੀ ਪੰਜਾਬ ਦੇ ਲੋਕਾਂ ਦਾ ਜਿਹੜਾ ਪ੍ਰਭਾਵ ਹੈ ਬਹੁਤ ਵੱਡਾ ਹੈ ਜੀ। ਇੱਕ ਤਾਂ ਇੱਕ ਕਮਿਊਨਿਟੀ ਨੂੰ ਰੀਪ੍ਰਜੈਂਟ ਕਰਦਾ ਜੀ, ਮਿਨੋਰਿਟੀ ਨੂੰ ਪੰਜਾਬ ਜੀ। ਦੂਸਰਾ ਵਿਦੇਸ਼ਾਂ ਵਿੱਚ ਜਿਹੜੇ ਬੈਠੇ ਸਿੱਖ ਨੇ ਜਾਂ ਪੰਜਾਬੀ ਨੇ ਉਹਨਾਂ ਦਾ ਵੀ ਆਪਦਾ ਇੱਕ ਪ੍ਰਭਾਵ ਹੈ, ਜਿਹੜਾ ਵਿਦੇਸ਼ੀ ਸੂਬੇ ਦੇ ਜਿਹੜੀਆਂ ਨੇ ਕੰਟਰੀ ਦੇ ਵਿਦੇਸ਼ੀ ਨੀਤੀਆਂ ਦੇ ਰਾਹੀਂ ਪ੍ਰਭਾਵ ਪੈਂਦਾ ਹੈਗਾ ਜੀ। ਸੋ ਉਹ ਪ੍ਰਭਾਵ ਸਿਰਫ 13 ਸੀਟਾਂ ਤੱਕ, ਇਹ ਨਹੀਂ ਆਪਾਂ ਗਿਣ ਸਕਦੇ ਵੀ ਜੇ 550 ਚੋਂ 13 ਹੀ ਨੇ ਜੀ ਕੀ ਕੋਈ ਅਸਰ ਨਹੀਂ ਹੈਗਾ। ਸੋ ਪੰਜਾਬ ਦਾ ਇੱਕ ਵੱਖਰਾ, ਪੰਜਾਬ ਦੀ ਦੇਣ ਬਹੁਤ ਵੱਡੀ ਹੈ। ਪੰਜਾਬ ਨੂੰ ਕੋਈ ਵੀ ਦੇਸ਼ ਦੀ ਸਰਕਾਰ, ਪੰਜਾਬ ਨੂੰ ਜੇ ਕਹੀਏ ਵੀ ਜੇ ਪੰਜਾਬ ਦਾ ਕੋਈ ਕਿਸੇ ਤਰੀਕੇ ਦਾ ਵੀ ਨੁਕਸਾਨ ਹੁੰਦਾ ਜਾਂ ਪੰਜਾਬ ਵਿੱਚ ਮਾਹੌਲ ਖਰਾਬ ਹੁੰਦਾ,
ਤਾਂ ਹਰ ਕਿਸੇ ਸੂਬੇ ਦੀ ਹਰ ਕਿਸੇ ਸਰਕਾਰ ਵਾਸਤੇ ਕੇਂਦਰ 'ਚ ਕੋਈ ਵੀ ਹੋਵੇ ਉਹਨਾਂ ਵਾਸਤੇ ਇਹ ਸਭ ਤੋਂ ਵੱਡੀ ਜਿਹੜਾ ਹਮੇਸ਼ਾ ਚਿੰਤਾ ਦਾ ਵਿਸ਼ਾ ਰਿਹਾ ਅਤੇ ਰਹੇਗਾ। ਤੋਂ ਪੰਜਾਬ ਨੂੰ ਅਮਨ ਸ਼ਾਂਤੀ ਪੰਜਾਬ 'ਚ ਬਣੀ ਰਹੇ, ਪੰਜਾਬ ਦੇ ਲੋਕ ਜਿਹੜੇ ਨੇ ਸੰਤੁਸ਼ਟ ਰਹਿਣ, ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। ਸੋ ਉਹ ਚੀਜ਼ਾਂ ਨੂੰ ਮੁੱਕ ਰੱਖ ਕੇ ਜਿਹੜਾ ਹੈ ਪ੍ਰੈਸ਼ਰ ਹਰ ਸੂਬੇ ਜਿਹੜੀ ਹੈ ਕੇਂਦਰ ਸਰਕਾਰ 'ਤੇ ਰਿਹਾ ਅਤੇ ਰਹੇਗਾ। ਜਿਵੇਂ ਹੁਣ ਇੱਕ ਵਿਚਾਰ ਚਰਚਾ ਚੱਲ ਰਹੀ ਹੈ ਵੀ ਜਿਵੇਂ 13 ਸੀਟਾਂ ਗੀਆਂ 5 ਬੀਜੇਪੀ ਨੂੰ ਦਿੱਤੀਆਂ ਜਾਣ, 7 ਅਕਾਲੀ ਦਲ ਕੋਲ ਰਹਿਣ, ਜਾਂ 40+ ਸੀਟਾਂ ਉਹ ਗਾਂ ਵਿਧਾਨ ਸਭਾ ਚੋਣਾਂ ਲਈ 27 ਲਈ ਮੰਗਦੇ ਆ, ਤੁਹਾਨੂੰ ਲੱਗਦਾ ਵੀ ਅਕਾਲੀ ਦਲ ਨੂੰ ਪ੍ਰੈਸ਼ਰ 'ਚ ਲਿਆ ਕੇ ਜਾਂ ਉਹ ਚੀਜ਼ਾਂ ਅਕਾਲੀ ਦਲ ਆਪਦੀਆਂ ਸ਼ਰਤਾਂ 'ਤੇ ਨਹੀਂ ਸਮਝੌਤਾ ਕਰੂਗਾ, ਲੋੜ ਨੂੰ ਉਵੇਂ ਸਮਝੌਤਾ ਹੋ ਰਿਹਾ? ਦੇਖੋ ਮੈਂ ਤੁਹਾਨੂੰ ਦੱਸਦਾ, ਜਦ ਸਾਡੀ ਸੂਬੀ ਦੀ ਮੀਟਿੰਗ ਹੋਈ ਸੀ ਉਹਨਾਂ ਨੇ ਬੜਾ ਸਪਸ਼ਟ ਤਰੀਕੇ ਨਾਲ ਕਿਹਾ ਸਾਨੂੰ ਜੀ ਵੀ ਮੈਂ ਜਦ ਅਸੀਂ ਸਾਰੀਆਂ ਗੱਲਾਂ ਕੀਤੀਆਂ ਉਹ ਕਹਿੰਦੇ ਵੀ ਮੈਂ ਹੁਣ ਬਾਕੀ ਤਾਂ ਦੇਖੋ ਉਹ ਦੱਸ ਸਕਦੇ ਆ, ਉਹ ਕਹਿੰਦੇ ਮੈਂ ਹੁਣ ਕੋਈ ਇਕੱਲਾ ਅਕਾਲੀ ਦਲ ਨਹੀਂ, ਮੈਂ ਇਹ ਸਮਝਦਾ ਵੀ ਮੈਂ ਇੱਕ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਦਾ ਪ੍ਰਧਾਨ ਹਾਂ, ਵੀ ਮੈਂ ਪ੍ਰੈਸ਼ਰ ਥੱਲੇ ਅਸੀਂ ਕੋਈ ਉਹਨਾਂ ਨਾਲ ਸਮਝੌਤਾ ਨਹੀਂ ਕਰਨਾ, ਅਸੀਂ ਆਪਦੀਆਂ ਟਰਮਸ 'ਤੇ ਕਰਾਂਗੇ ਅਤੇ ਜੇ ਉਹਨਾਂ ਨੂੰ ਠੀਕ ਹੋਇਆ ਤਾਂ ਠੀਕ ਹੈ, ਨਹੀਂ ਤਾਂ ਨਹੀਂ ਸੀ। ਇਹ ਉਹਨਾਂ ਨੇ ਸਾਡੇ ਸਾਹਮਣੇ ਗੱਲ ਕਹੀ। ਤੇ ਓਵਰਆਲ ਤੁਸੀਂ ਸਥਿਤੀ ਕਿਵੇਂ ਦੇਖ ਰਹੇ ਹੋ, ਖਾਸ ਕਰਕੇ ਕਿ ਇਹ ਵੀ ਬਿਆਨ ਜਦੋਂ ਵੱਡੀਆਂ ਰੈਲੀਆਂ ਹੋਣਾ ਤੁਹਾਡੇ ਵੱਲੋਂ ਵੀ ਹੋਈ, ਅਕਾਲੀ ਦਲ ਵੱਲੋਂ ਵੀ ਹੋਈ, ਤੁਹਾਡੇ ਹੀ ਏਰੀਏ ਦੇ ਵਿੱਚ ਸੰਗਰੂਰ ਦੇ ਵਿੱਚ, ਉਦੋਂ ਇਹ ਪ੍ਰਮੁੱਖ ਤੌਰ ਤੇ ਸੁਖਬੀਰ ਸਿੰਘ ਬਾਦਲ ਜਾਂ ਹੋਰ ਜਿਹੜਾ ਉਹਨਾਂ ਦਾ ਖੇਮਾ ਸੀ ਉਹਨਾਂ ਵੱਲੋਂ ਇਹ ਕਿਹਾ ਗਿਆ ਵੀ ਜੇ ਸੰਗਰੂਰ ਦੇ ਵਿੱਚ ਅਕਾਲੀ ਦਲ ਖਤਮ ਹੋਇਆ ਤਾਂ ਉਹ ਢੀਂਡਸਾ ਪਰਿਵਾਰ ਕਰਕੇ ਹੋਇਆਗਾ, ਹੁਣ ਕਿਵੇਂ? ਦੇਖੋ ਅਸੀਂ ਹੁਣ ਬਾਹਰ ਸੀ ਉਦੋਂ ਅਕਾਲੀ ਦਲ ਦਾ ਕੀ ਬਣਿਆ ਕਹਿਣ ਦੀ ਗੱਲ, ਕਹਿਣ ਨੂੰ ਦੇਖੋ ਜੋ ਮਰਜ਼ੀ ਕੋਈ ਕਹੀ ਜਾਵੇ, ਅੱਜ ਜਿਹੜਾ ਹੈ ਉਹ ਵੀ ਜਾਣਦੇ ਨੇ ਸਾਰਾ ਕੁਝ, ਇੱਕ ਪੋਲੀਟੀਕਲ ਸਟੇਟਮੈਂਟ ਹੋਰ ਹੁੰਦੀ ਹੈ ਜੀ, ਪੋਲੀਟੀਕਲ ਸਟੇਟਮੈਂਟ ਦੇਣਾ ਵੀ ਜੀ ਇਹ ਹੋ ਗਿਆ ਉਹ ਹੋ ਗਿਆ, ਤੇ ਜਿਹੜੀ ਹੈ ਜ਼ਮੀਨੀ ਸੱਚਾਈ ਮੈਨੂੰ ਤਾਂ ਸਾਰੇ ਲੋਕ ਜਾਣਦੇ ਨੇ, ਤੇ ਅਸੀਂ ਆਪਦੇ ਵੱਲੋਂ ਹਮੇਸ਼ਾ ਪਾਰਟੀ ਦੀ ਮਜ਼ਬੂਤੀ ਲਈ ਹੀ ਕਦਮ ਰੱਖਿਆ, ਕਦੇ ਕੋਈ ਯਤਨ ਕੀਤਾ ਵੀ ਕਿਸੇ ਤਰੀਕੇ ਦਾ ਜਿਹੜਾ ਕੋਈ ਤਲੇਬਾਜ਼ੀ ਜਿਹੜੀ ਹੈ ਨਾ ਬਣੇ ਜੀ। ਤੁਸੀਂ ਹੁਣ ਚਾਹੇ ਅੱਜ ਉਹਨਾਂ ਦੇ ਨਾਲ ਹੀ ਸੀਗੇ ਲੀਡਰ, ਉਹਨਾਂ ਨੂੰ ਪੁੱਛ ਸਕਦੇ ਹੋ ਅਸੀਂ ਕਿੰਨਾ ਕੁ, ਅਸੀਂ ਤਾਂ ਢੀਂਡਸਾ ਸਾਹਿਬ ਨੇ ਤਾਂ ਆਪਦੇ ਵੱਲੋਂ ਹਮੇਸ਼ਾ ਯਤਨ ਕੀਤਾ ਵੀ ਜਿਹੜਾ ਹੈ ਇੱਕ ਪੰਥਕ ਸੋਚ ਦੇ ਉੱਤੇ ਅਸੀਂ ਚੱਲੀਏ। ਬਾਕੀ ਪਾਰਟੀਆਂ ਦੇ ਵਿੱਚ ਡਿਫਰੈਂਸਿਸ ਹੋ ਜਾਂਦੇ ਨੇ, ਡਿਫਰੈਂਸ ਖਤਮ ਬਣ ਜਾ, ਦੁਬਾਰੇ ਜਿਹੜੇ ਦੂਰ ਹੋ ਜਾਂਦੇ ਨੇ, ਇਹ ਚੱਲਦਾ ਰਹਿੰਦਾ। ਤੇ ਜਿਹੜੇ ਬਾਕੀ ਲੋਕ ਰੁੱਸੇ ਹੋਏ ਨੇ, ਖਾਸ ਕਰਕੇ ਬੀਬੀ ਜਗੀਰ ਕੌਰ, ਉਹ ਵੀ ਆ ਰਹੇ ਨੇ ਪਾਰਟੀ 'ਚ? ਉਹ ਤਾਂ ਮੈਂ ਤਾਂ ਉਹਦੀ ਟਿੱਪਣੀ ਨਹੀਂ ਕਰ ਸਕਦਾ, ਉਹ ਤਾਂ ਬੀਬੀ ਜੀ ਦੱਸ ਸਕਦੇ ਨੇ। ਐਸਜੀਪੀਸੀ ਚੋਣਾਂ ਵੇਲੇ ਬਹੁਤ ਨੇੜੇ ਰਹੇ ਤੁਹਾਡੇ ਪਰਿਵਾਰ, ਇੰਸਾ ਸਾਹਿਬ ਨੇ ਗੱਲ ਕੀਤੀ ਸੀ ਬੀਬੀ ਜੀ ਨਾਲ, ਪਰ ਉਹਨਾਂ ਦਾ ਕੋਈ ਜ਼ਿਆਦਾ ਪੋਜ਼ਿਟਿਵ ਜਵਾਬ ਨਹੀਂ ਸੀਗਾ, ਕਿਉਂਕਿ ਉਹਨਾਂ ਦਾ ਫੈਸਲਾ ਦੇਖੋ ਉਹਨਾਂ ਦੇ ਕੋਈ ਜਿਹੜੇ ਕੋਈ ਉਹਨਾਂ ਦੇ ਮਨ 'ਚ ਗੱਲ ਹੈ ਉਹ ਤਾਂ ਉਹ ਦੱਸ ਸਕਦੇ ਨੇ ਵੀ। ਐਸਜੀਪੀਸੀ ਨੂੰ ਲੈ ਕੇ ਕੋਈ ਕਮਿਟਮੈਂਟ ਜਾਂ ਉਦਾਂ ਦਾ ਕੁਝ, ਜਿਵੇਂ ਤੁਸੀਂ ਬਹੁਤ ਜ਼ੋਰ ਦਿੱਤਾ, ਅਸੀਂ ਤਾਂ ਇਹੀ ਚਾਹੁੰਦੇ ਅਕਾਲੀ ਦਲ ਸੰਯੁਕਤ ਨੇ ਬਹੁਤ ਜ਼ੋਰ ਦਿੱਤਾ ਵੀ ਚੋਣ ਹੋਣੀ ਚਾਹੀਦੀ ਆ, ਅਸੀਂ ਕਹਿੰਦੇ ਆ ਬਿਲਕੁਲ, ਅਸੀਂ ਅੱਜ ਵੀ ਕਹਿੰਦੇ ਆ ਕਿ ਐਸਜੀਪੀਸੀ ਦੀਆਂ ਚੋਣਾਂ ਹੋਣੀ ਚਾਹੀਦੀਆਂ। ਲੋਕਾਂ ਦੀ ਜਿਹੜੀ ਇੱਕ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ, ਸਿੱਖਾਂ ਨੂੰ ਆਪਦੀ ਨੁਮਾਇੰਦਾ ਜਾਤ ਚੁਣਨ ਦਾ ਹੱਕ ਹੋਣਾ ਚਾਹੀਦਾ, ਕੋਈ ਬਣੇ ਉਹ ਬਾਅਦ ਦੀਆਂ ਗੱਲਾਂ ਨੇ ਜੀ। ਲੋਕਤੰਤਰ ਜਿਹੜਾ ਹੈ ਉਹਦੇ ਵਾਸਤੇ ਤਾਂ ਲੋਕਤੰਤਰ ਪ੍ਰਣਾਲੀ ਜਿਹੜੀ ਹੈ ਮਜ਼ਬੂਤ ਹੋਣੀ ਚਾਹੀਦੀ ਹੈ, ਇਹ ਜ਼ਰੂਰੀ ਨਹੀਂ ਵੀ ਅਸੀਂ ਬਣੇ। ਬਾਕੀ ਐਸਜੀਪੀਸੀ ਦੀ ਫੰਕਸ਼ਨਿੰਗ ਵਿੱਚ ਕੁਛ ਨਾ ਕੁਛ ਤਾਂ ਧਾਮੀ ਸਾਹਿਬ ਨੇ, ਦੇਖੋ ਮੈਂ ਉਹੀ ਕਹਾਂ ਵੀ ਅਸੀਂ ਪਹਿਲਾਂ ਵੀ ਇਸ ਗੱਲ ਦੇ ਜਿਹੜਾ ਹੈ ਪ੍ਰਾਈਵੇਟਲੀ ਕਹਿੰਦੇ ਰਹੇ ਹਾਂ ਵੀ ਉਹਨਾਂ ਨੇ ਐਸਜੀਪੀਸੀ ਵਿੱਚ ਜਿੰਨਾ ਕੁ ਸੁਧਾਰ ਲਿਆ ਸਕਦੀ ਲਿਆਉਣ ਦੀ ਕੋਸ਼ਿਸ਼ ਕੀਤੀ ਆ, ਅੱਜ ਵੀ ਐਸਜੀਪੀਸੀ ਹੋਰ ਸੁਧਾਰ ਲਿਆਉਣ ਦੀ ਲੋੜ ਹੈ, ਉਹ ਅਸੀਂ ਵਿੱਚ ਪਾਰਟੀ ਵਿੱਚ ਬਹਿ ਕੇ ਗੱਲ ਕਰਾਂਗੇ ਵੀ ਇਹਨਾਂ ਨੂੰ ਇਸ ਤਰੀਕੇ ਨਾਲ ਸਾਨੂੰ ਜਿਹੜੀ ਹੈ ਐਸਜੀਪੀਸੀ ਵਿੱਚ ਦਖਲਅੰਦਾਜ਼ੀ ਵੀ ਘਟੇ, ਐਸਜੀਪੀਸੀ ਵਿੱਚ ਜਿਹੜਾ ਕੋਈ ਜਿਹੜੇ ਪ੍ਰਸ਼ਾਸਨਿਕ ਸੁਧਾਰ ਨੇ ਜਾਂ ਜਿਸ ਤਰ੍ਹਾਂ ਦੇ ਵੀ ਉਹ ਜਿਵੇਂ ਲੋਕਾਂ ਦੀ ਭਾਵਨਾ ਉਹ ਲਿਆਉਣੇ ਚਾਹੀਦੇ ਨੇ।
ਤੇ ਤੁਹਾਨੂੰ ਲੱਗਦਾ ਵੀ ਸਾਰਾ ਅਕਾਲੀ ਦਲ ਉਵੇਂ ਇਕੱਠੇ ਆ? ਖਾਸ ਕਰਕੇ ਮੈਂ ਇੱਥੇ ਜ਼ਿਕਰ ਕਰੂੰਗਾ ਵਿਕਰਮ ਸਿੰਘ ਮਜੀਠੀਆ, ਬਹੁਤ ਸਾਰੀਆਂ ਉਵੇਂ ਪ੍ਰੈਸ ਕਾਨਫਰੰਸਾਂ 'ਚੋਂ ਸੁਖਬੀਰ ਸਿੰਘ ਬਾਦਲ ਦੇ ਨਾਲ ਨਹੀਂ ਨਜ਼ਰ ਆਉਂਦੇ, ਉਹ ਅਲੱਗ ਤੌਰ 'ਤੇ ਕਰਦੇ ਆ, ਇਕੱਠਾਂ ਦੇ ਵਿੱਚ ਨਹੀਂ, ਤੁਹਾਡੇ ਘਰੇ ਆਏ ਨੇ ਜ਼ਰੂਰ, ਪਰ ਤੁਹਾਨੂੰ ਲੱਗਦਾ ਵੀ ਉਵੇਂ ਇੱਕ ਤਸਵੀਰ ਉੱਭਰਨੀ ਚਾਹੀਦੀ ਜਿਵੇਂ ਇੱਕ ਵਿਰੋਧੀ ਪਾਰਟੀ ਦੀਆਂ ਵਿਰੋਧੀ ਧਿਰ ਦੀ ਉੱਭਰ ਰਹੀ ਆ, ਉਵੇਂ ਉੱਭਰ ਨਹੀਂ ਰਹੀ? ਦੇਖੋ, ਵਿਰੋਧੀ ਪਾਰਟੀ 'ਚ ਸਭ ਤੋਂ ਅੱਜ ਜੇ ਇਕੱਠਾ ਤਾਂ ਅਕਾਲੀ ਦਲ ਹੀ ਹੈ। ਕਾਂਗਰਸ ਤਾਂ ਵੈਸੇ ਹੀ ਖੇਰ ਕਾਰਜ 'ਚ, ਕਾਂਗਰਸ ਤਾਂ ਮੈਨੂੰ ਤਾਂ ਜਿੰਨੇ ਲੀਡਰ ਨੇ ਉਨੇ ਹੀ ਮੂੰਹ ਨੇ, ਉਹੀ ਆਪਦੀ ਆਪਦੀ ਏਜੰਡਾ ਉਹਨਾਂ ਦਾ। ਅਕਾਲੀ ਦਲ ਫਿਰ ਵੀ ਇੱਕ ਏਜੰਡੇ 'ਤੇ ਤਾਂ ਚੱਲ ਰਿਹਾ, ਠੀਕ ਹੈ। ਪਾਰਟੀਆਂ ਦੇ ਵਿੱਚ ਮਤਭੇਦ ਹਰ ਸਮੇਂ ਜਿਹੜਾ ਹੈ ਕਿਸੇ ਨਾ ਕਿਸੇ 'ਤੇ, ਕਿਸੇ ਇਸ਼ੂ 'ਤੇ ਰਹਿੰਦੇ ਰਹਿੰਦੇ ਨੇ ਜੀ, ਪਰ ਗੱਲ ਇਹ ਵੀ ਉਹਨਾਂ ਨੂੰ ਹੌਲੀ ਹੌਲੀ ਤੁਹਾਨੂੰ ਦੂਰ ਕਰਨਾ ਪੈਂਦਾ, ਦੂਰ ਕਰਕੇ ਇਕੱਠੇ ਹੋ ਕੇ ਚੱਲਦੇ ਆ। ਅਕਾਲੀ ਦਲ ਵਿੱਚ ਐਸਾ ਕੋਈ ਜ਼ਿਆਦਾ ਜਿਹੜਾ ਹੈ ਸੀਰੀਅਸ ਮਤਭੇਦ ਕੋਈ ਨਹੀਂ। ਬਾਕੀ ਜਿੱਥੋਂ ਤੱਕ ਤੁਸੀਂ ਸੁਖਬੀਰ ਅਤੇ ਵਿਕਰਮ ਜੀ ਦੀ ਗੱਲ ਕਰੋ, ਉਹਨਾਂ ਦੀ ਤਾਂ ਇੰਨੀ ਨਜ਼ਦੀਕੀ ਰਿਸ਼ਤੇਦਾਰੀ ਆ, ਉਹਨਾਂ ਦਾ ਹੋਰ ਕੋਈ ਮੈਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ। ਉਹ ਤਾਂ ਮੇਰੇ ਹਿਸਾਬ ਨਾਲ ਅੱਡ ਹੋ ਨਹੀਂ ਸਕਦੇ, ਕਿਉਂਕਿ ਰਿਸ਼ਤੇਦਾਰੀ ਇੰਨੀ ਨੇੜ ਦੀ ਹੈ। ਪ੍ਰਧਾਨਗੀ ਵਾਲਾ ਮਤਭੇਦ ਦੂਰ ਹੋਊਗਾ, ਉਹ ਹੈਗਾ ਮਤਭੇਦ ਹਜੇ ਤੋਂ? ਦੇਖੋ, ਉਹ ਤਾਂ ਅਸੀਂ ਜਿਹੜਾ ਮੈਂ ਜਿਵੇਂ ਕਹਿਣਾ ਸਾਰੀਆਂ ਗੱਲਾਂ ਨਹੀਂ ਮੰਨੀਆਂ ਜਾਂਦੀਆਂ ਹੁੰਦੀਆਂ, ਉਹ ਗੱਲ ਅਸੀਂ ਛੱਡਤੀ। ਢੀਂਡ ਸਾਹਿਬ ਨੇ ਜਦ ਇਹ ਕਹਿਤਾ ਸੀ ਵੀ ਜਾਂ ਮਾਫ਼ੀ ਮੰਗੇ ਪ੍ਰਧਾਨਗੀ ਛੱਡਣ, ਤਾਂ ਉਹ ਇੱਕ ਬਟ ਨੈਚੁਰਲੀ ਸੀ ਵੀ ਹੁਣ ਜੇ ਮਾਫ਼ੀ ਮੰਗ ਲਈ ਤਾਂ ਉਹ ਇਸ਼ੂ ਸਾਡਾ, ਅਸੀਂ ਵੈਸੇ ਛੱਡਤਾ ਉਸ ਚੀਜ਼ ਨੂੰ। ਅਗਲਾ ਪਲਾਨ ਕੀ ਹੈ, ਕਿਹੋ ਜਿਹਾ ਦੇਖ ਰਹੇ ਹੋ? ਪਿਛਲੇ ਦਿਨੀ ਇੱਕ ਪ੍ਰੈਸ ਕਾਨਫਰੰਸ ਵੀ ਮੁੱਖ ਮੰਤਰੀ ਸਾਹਿਬ ਨੇ ਕੀਤੀ ਆ, ਖਾਸ ਕਰਕੇ ਉਹ ਹੋਟਲ ਨੂੰ ਲੈ ਕੇ ਬੜੀ ਚਰਚਾ ਚੱਲੀ ਆ। ਉਹਦੇ ਤਾਂ ਉਹਨਾਂ ਨੇ ਜਵਾਬ ਦੇ ਹੀ ਦਿੱਤਾ ਹੈਗਾ ਵੀ ਇਹ ਝੂਠ ਹੈ, ਵੀ ਇਹਦੇ ਬੈਨੀਫਿਟਸ ਨਹੀਂ ਇਹਨੇ ਲਏ ਗਏ, ਵੀ ਇਕੱਲਾ ਇੱਕ ਹੋਟਲ ਨਹੀਂ, ਹੋਰ ਹੋਟਲਾਂ ਨੂੰ ਵੀ, ਹੋਰ ਇੰਡਸਟਰੀਆਂ ਨੂੰ ਵੀ ਸੇਮ ਜਿਹੜੇ ਸਹੂਲ ਬੈਨੀਫਿਟ ਨੇ ਉਹ ਦਿੱਤੇ ਗਏ ਨੇ, ਇਕੱਲੇ ਇੱਕ ਹੋਟਲ ਵਾਸਤੇ ਨਹੀਂ ਹੋਇਆ। ਬਾਕੀ ਜਿੰਨਾ ਇਹ ਕਹਿੰਦੇ ਉਹਨਾਂ, ਇਹ 108 ਕਰੋੜ ਕਹਿੰਦੇ, ਉਹ 7 ਕਰੋੜ ਕਹਿੰਦੇ ਵੀ ਸਾਨੂੰ ਤਾਂ ਟੋਟਲ ਅਸੀਂ ਬੈਨੀਫਿਟ ਜੇ ਸਾਰੇ ਮਿਲਾ ਕੇ ਲਈਏ ਤਾਂ 7 ਕਰੋੜ ਰੁਪਏ ਦੇ ਬੈਨੀਫਿਟ ਲਏ ਨੇ। ਸੋ ਉਹ ਦੇਖੋ, ਮਾਨ ਸਾਹਿਬ ਦੀ ਗੱਲ ਤਾਂ ਬੜੀ ਸਾਫ਼ ਹੁਣ ਲੋਕਾਂ ਨੂੰ ਸਮਝ ਆ ਗਈ, ਉਹ ਝੂਠ ਬੋਲਣ ਦੇ ਮਾਹਰ ਨੇ ਵੀ ਹਰ ਗੱਲ 'ਤੇ। ਆਮ ਆਦਮੀ ਪਾਰਟੀ, ਮੈਨੂੰ ਲੱਗਦਾ ਉਹਨਾਂ ਨੇ ਆਪਦੇ ਗੁਰੂ ਤੋਂ ਸਿੱਖਿਆ ਲੈ ਲਈ ਕੇਜਰੀਵਾਲ ਤੋਂ, ਵੀ ਹਰ ਗੱਲ 'ਤੇ ਝੂਠ ਬੋਲ ਕੇ ਵੱਧ ਤੋਂ ਵੱਧ ਮੁੱਕਰ ਜਾਓ। ਸੋ ਦੋਨਾਂ ਦਾ ਕੰਮ, ਕੇਜਰੀਵਾਲ ਦਾ ਵੀ ਅਤੇ ਭਗਵੰਤ ਸਿੰਘ ਮਾਨ ਦਾ ਵੀ ਇਹੀ ਹੈ ਵੀ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰੋ। ਜਿਹੜੀ ਆਪਦੀ ਇਹ ਰਾਜਨੀਤੀ ਜਿਹੜੀ ਹੈ ਲੰਬਾ ਸਮਾਂ ਨਹੀਂ ਚੱਲਦੀ, ਹੌਲੀ ਹੌਲੀ ਹੁਣ ਲੋਕਾਂ ਨੂੰ ਚਾਨਣ ਹੋਣ ਲੱਗ ਪਿਆ ਵੀ ਇਹ ਅਸਲ ਮੁੱਦਿਆਂ 'ਤੇ ਨਹੀਂ, ਹੋਰ ਇੱਧਰ ਉੱਧਰ ਦੀਆਂ ਗੱਲਾਂ ਜਿਹੜੀਆਂ ਨੇ ਕਰਕੇ ਆਪਦਾ ਟਾਈਮ ਟਪਾਉਣਾ ਚਾਹੁੰਦੇ ਨੇ ਵੀ ਇੱਕ ਪਰਟੀਕੁਲਰ ਤੁਸੀਂ ਇੰਡੀਵਿਜੁਅਲ ਨੂੰ ਟਾਰਗੇਟ ਕਰਕੇ। ਹੁਣ ਤੁਹਾਡੇ ਕੋਲ ਸੂਬੇ ਦੀ ਸਰਕਾਰ ਹੈ, ਠੀਕ ਹੈ, ਜੇ ਕਿਸੇ ਨੇ ਗਲਤ ਕੀਤਾ ਉਹਨਾਂ ਦੇ ਖਿਲਾਫ਼ ਕਾਰਵਾਈ ਕਰੋ। ਤੁਸੀਂ ਉਹਨਾਂ ਗੱਲਾਂ ਕਰਨ ਨਾਲ ਕੀ ਗੱਲ ਹੈ? ਤੁਸੀਂ ਉਹਨਾਂ ਦੇ ਗੁਰੂ ਜੀ ਦੀ ਗੱਲ ਕੀਤੀ ਆ, ਹਾਲਾਂਕਿ ਉਹਨਾਂ ਦੇ ਸਿਆਸੀ ਗੁਰੂ ਤਾਂ ਮਨਪ੍ਰੀਤ ਬਾਦਲ ਹੀ ਨੇ, ਉਹ ਵੀ ਬਾਦਲ ਪਰਿਵਾਰ 'ਚ ਹੀ ਆਉਂਦੇ ਨੇ, ਸਿਆਸਤ ਉਹਨਾਂ ਨੇ ਇਕੱਠੇ ਨੇ ਸ਼ੁਰੂ ਕੀਤੀ ਆ। ਮੈਂ ਉਹਦਾ ਹੁਣ ਉਹ ਦੱਸ ਸਕਦੇ ਨੇ, ਵੈਸੇ ਮੈਂ ਤਾਂ ਸਮਝਦਾ ਉਹਨਾਂ ਦਾ ਗੁਰੂ ਤਾਂ ਜਿਹਨੇ ਮੁੱਖ ਮੰਤਰੀ ਬਣਾਇਆ, ਜੇ ਉਹਨੂੰ ਇੱਧਰ ਲਿਆਂਦਾ ਉਹੀ ਉਹਨਾਂ ਦਾ ਅਸੀਂ ਗੁਰੂ ਮੰਨਦੇ ਹਾਂ ਵੀ ਹੁਣ ਤਾਂ ਉਹਨਾਂ ਤੋਂ ਹੀ ਇਸ਼ਾਰੇ 'ਤੇ ਚੱਲ ਰਹੇ ਨੇ ਉਹ। ਅੱਜ ਦੀ ਡੇਟ 'ਚ ਤਾਂ ਉਹ ਕੇਜਰੀਵਾਲ ਦੇ ਇਸ਼ਾਰੇ 'ਤੇ ਚੱਲ ਰਹੇ ਭਗਵੰਤ ਮਾਨ। ਸੋ ਇਹ ਜਿਹੜੀਆਂ ਇਹ ਜਿਹੜੀ ਛੋਟੇ ਨੀਵੇਂ ਪੱਧਰ ਦੀ ਸਿਆਸਤ ਹੈ ਨਾ ਜਿਹੜੀ, ਇਹ ਲੋਕ ਪਸੰਦ ਨਹੀਂ ਕਰਦੇ, ਠੀਕ ਹੈ। ਵੀ ਜਿਹੜੇ ਵਿੱਚੋਂ ਤਮਾਸ਼ਬੀਨ ਵੀ ਲੋਕ ਹੁੰਦੇ ਆ ਜਿਹੜੇ ਇਹ ਗੱਲਾਂ ਨੂੰ ਵੀ ਹਾਂ ਫਲਾਣੇ ਨੇ ਗਾਲ ਕੱਢਤੀ, ਫਲਾਣੇ ਨੂੰ ਦੇਖੋ ਕੀ ਪੁੱਠਾ ਬੋਲਣ 'ਤੇ ਵੀ ਲੋਕ ਖੁਸ਼ ਹੁੰਦੇ ਨੇ, ਹਰ ਤਰ੍ਹਾਂ ਦੀ ਜਿਹੜੀ ਇਹ ਲੋਕਾਂ ਨੂੰ ਜਿਹੜਾ ਹੈ ਇੰਟਰਟੇਨਮੈਂਟ ਚਾਹੀਦੀ ਹੈ। ਕਈਆਂ ਵਾਸਤੇ ਇਹ ਸਿਆਸੀ ਜਿਹੜੀ ਆਪਸ 'ਚ ਲੜਾਈ ਵੀ, ਇਹ ਵੀ ਇੰਟਰਟੇਨਮੈਂਟ ਦਾ ਸਾਧਨ ਹੈ, ਪਰ ਸਿਆਸਤ ਇੱਕ ਬੜਾ ਸੰਜੀਦਾ ਇਸ਼ੂ ਹੈ। ਤੁਹਾਨੂੰ ਲੋਕਾਂ ਨੇ ਚੁਣਿਆ, ਤੁਸੀਂ ਆਪਦੀ ਕਾਰਗੁਜ਼ਾਰੀ ਦਿਖਾਓ, ਠੀਕ ਹੈ। 2 ਸਾਲ ਤੁਸੀਂ ਦੂਜੀਆਂ ਪਾਰਟੀਆਂ ਨੂੰ ਭੰਡ ਲਿਆ, ਤੁਸੀਂ ਆਪਦੀ ਵੀ ਤੁਹਾਨੂੰ ਦੱਸੋ ਨਾ ਵੀ ਕੀ ਕੀਤਾ ਹੈਗਾ। ਦੂਜਿਆਂ ਨੇ ਤਾਂ ਜੇ ਕੋਈ, ਚਲੋ 2 ਮਾੜੇ ਕੰਮ ਕੀਤੇ ਨੇ, 4 ਚੰਗੇ ਵੀ ਕੀਤੇ ਆ, ਤੁਸੀਂ ਕੀ ਚੰਗਾ ਕੀਤਾ ਹੈਗਾ ਉਹ ਦੱਸੋ ਲੋਕਾਂ ਨੂੰ। ਹੁਣ ਆਪਦੀ ਪ੍ਰਾਪਤੀਆਂ ਦੱਸੋ।
ਤੁਸੀਂ ਇਹ ਕੋਸ਼ਿਸ਼ ਕਰੋਗੇ ਸੰਗਰੂਰ ਲਈ ਵੀ ਸਿਮਰਨਜੀਤ ਸਿੰਘ ਮਾਨ ਦੇ ਨਾਲ ਕਿਤੇ ਨਾ ਕਿਤੇ ਕੰਟੈਕਟ ਕੀਤਾ ਜਾਵੇ, ਕਿਉਂਕਿ ਪਿਛਲੇ ਜਦੋਂ ਇਲੈਕਸ਼ਨ ਬਾਏ ਪੋਲ ਹੋਇਆ ਉਦੋਂ ਵੀ ਇੱਕ ਬਣ ਗਿਆ ਸੀਗਾ ਵੀ ਉਹਨਾਂ ਨਾਲ ਸੁਖਬੀਰ ਸਿੰਘ ਬਾਦਲ ਦਾ ਮੀਟਿੰਗ ਤੱਕ ਹੋ ਗਈ, ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਜੇ ਹੁਣ ਵੋਟ ਪਊਗੀ ਤਾਂ ਉਹੀ ਅਕਾਲੀ ਦਲ ਦੀ ਵੋਟ ਦੋ ਫਾੜ ਨਾ ਹੋ ਜੇ ਵੀ ਉਹਨਾਂ ਨਾਲ ਤੁਸੀਂ ਰਾਬਤੇ 'ਚ ਰਹੋਗੇ ਕੁਛ? ਦੇਖੋ ਸਾਡਾ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਮਾਨ ਸਾਹਿਬ ਦਾ ਜੀ, ਉਹਨਾਂ ਦੀ ਵੀ ਕੌਮ ਨੂੰ ਬੜੀ ਵੱਡੀ ਉਹਨਾਂ ਦੀ ਕਾਲਣਾ ਹੈ, ਇਸ ਚੀਜ਼ ਨੂੰ ਕੋਈ ਜਿਹੜਾ ਹੈ ਝੁਟਲਾ ਨਹੀਂ ਸਕਦਾ ਜੀ, ਪਰ ਕਈ ਏਜੰਡਾਸ ਦੇ ਬੇਸ ਤੇ ਕਈ ਵਾਰ ਛੋਟੇ ਛੋਟੀਆਂ ਗੱਲਾਂ ਤੇ ਮਤਭੇਦ ਹੁੰਦੇ ਨੇ। ਅਸੀਂ ਤਾਂ ਕਿਹਾ ਸੀ ਸਾਰੇ ਅਕਾਲੀ ਦਲ ਇਕੱਠੇ ਹੋਣ, ਪਰ ਉਹਨਾਂ ਨੇ ਤਾਂ ਜੇ ਉਹ ਅਕਾਲੀ ਦਲ 'ਚ ਆਉਂਦੇ ਨੇ ਤਾਂ ਮੈਨੂੰ ਨਹੀਂ ਲੱਗਦਾ ਅਕਾਲੀ ਦਲ ਨੂੰ ਕੋਈ ਇਤਰਾਜ਼ ਹੋਣਾ, ਪਰ ਉਹ ਆਪ ਹੀ ਨਹੀਂ ਆਉਣਾ ਚਾਹੁੰਦੇ, ਕਿਉਂਕਿ ਉਹਨਾਂ ਦਾ ਇੱਕ ਜਿਹੜਾ ਹੈ ਏਜੰਡਾ ਥੋੜ੍ਹਾ ਜਿਹਾ ਡਿਫਰੈਂਟ ਹੈ, ਕਿਉਂਕਿ ਉਹ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਜਿਹਦੇ 'ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਉਸ ਗੱਲ 'ਤੇ ਵਿਸ਼ਵਾਸ ਨਹੀਂ ਰੱਖਦਾ, ਉਸ ਉਹ ਕੁਛ ਗੱਲਾਂ ਦੇ ਮਤਭੇਦ ਨੇ, ਨਹੀਂ ਅਸੀਂ ਉਹਨਾਂ ਦਾ ਸਤਿਕਾਰ ਕਰਦੇ, ਐਸੀ ਕੋਈ ਗੱਲ ਨਹੀਂ। ਜੇ ਸੀਟਾਂ ਦਾ ਕਿਤੇ ਨਾ ਕਿਤੇ ਹੋਇਆ ਸੰਗਰੂਰ ਸੀਟ ਫਿਰ ਛੱਡ ਵੀ ਸਕਦੇ ਹੋ, ਕੁਛ ਇਦਾਂ ਦਾ ਬਣ ਸਕਦਾ? ਬਿਲਕੁਲ, ਜੇ ਦੇਖੋ ਮੈਂ ਬੜਾ ਸਪਸ਼ਟ ਕਹਿਣਾ, ਜੇ ਪੰਥ ਦੇ ਭਲੇ ਲਈ ਸਾਨੂੰ ਕੌਮ ਦੇ ਲਈ ਇਹ ਇਹ ਤਾਂ ਇਹ ਸੀਟਾਂ ਬਹੁਤ ਗੱਲਾਂ ਬਹੁਤ ਛੋਟੀਆਂ ਨੇ, ਜੇ ਮਾਨ ਸਾਹਿਬ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੁੰਦੇ ਨੇ, ਇਕੱਠੇ ਹੁੰਦੇ ਆ ਜੀ, ਤਾਂ ਮੈਨੂੰ ਕੋਈ, ਅਸੀਂ ਤਾਂ ਕਹਿੰਦੇ ਹਾਂ ਵੀ ਉਹ ਸੀਨੀਅਰ ਨੇ, ਵੱਡੇ ਨੇ, ਅੱਜ ਸਿਟਿੰਗ ਐਮ ਪੀ ਨੇ, ਬਿਲਕੁਲ ਉਹ ਲੜਨ, ਪਰ ਗੱਲ ਹੈ ਵੀ ਇਹ ਇਹ ਜਿਹੜੇ ਜਿਹੜੇ ਰਿਜ਼ੋਲਵ ਇਸ਼ੂਜ਼ ਜਿਹੜੇ ਰਿਜ਼ੋਲਵ ਹੋਣੇ ਉਹ ਵੀ ਵੱਡੇ ਨੇ ਨਾ ਅੱਜ ਵਿੱਚ ਜੀ। ਢੀਂਡਸਾ ਸਾਹਿਬ, ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ, ਥੈਂਕ ਯੂ। ਸੋ ਇਹ ਸੀ ਪਰਮਿੰਦਰ ਸਿੰਘ ਢੀਂਡਸਾ, ਜਲਦੀ ਹੀ ਹਾਜ਼ਰ ਹੋਵਾਂਗੇ ਕਿਸੇ ਹੋਰ ਰਾਜਨੀਤਿਕ ਆਗੂ ਦੇ ਨਾਲ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ, ਤੁਸੀਂ ਆਪਣਾ ਸਮਾਂ ਦਿੱਤਾ ਜੀ, ਬਹੁਤ ਬਹੁਤ ਧੰਨਵਾਦ।